ਸਤਿ ਸ਼੍ਰੀ ਅਕਾਲ ਸਾਰੇ ਭੈਣਾਂ ਭਰਾਵਾਂ ਨੂੰ। ਮੈਂ ਬਿੰਬਲਾ ਰਾਣੀ, ਪਿੰਡ ਮੇਰਾ ਪਿਪਲੀ, ਪਿਪਲੀ ਰਹਿਣ ਵਾਲੀ। ਮੈਂ ਲੱਕ ਤੋਂ ਬਹੁਤ ਤੰਗ ਸੀ, ਲੱਕ ਬਹੁਤ ਮੇਰਾ ਦਰਦ ਕਰਦਾ ਸੀ। ਮੇਰਾ ਇੱਕ ਕੁਇੰਟਲ ਵੇਟ ਸੀ ਅਤੇ ਅਸੀਂ ਮੋਗੇ ਆਏ ਸੀ ਡਾਕਟਰ ਨੂੰ, ਅੰਮ੍ਰਿਤ ਸੂਤ ਮਿਲ ਨੂੰ, ਅਤੇ ਇੱਥੋਂ ਅਸੀਂ ਸਰਜਰੀ ਕਰਵਾਈ ਸੀ। ਮੇਰਾ ਇੱਕ ਕੁਇੰਟਲ ਵੇਟ ਸੀ ਅਤੇ 6 ਮਹੀਨਿਆਂ ਦੇ ਵਿੱਚ ਮੇਰਾ 60 ਕਿਲੋ ਵੇਟ ਹੋ ਗਿਆ ਸੀ। ਮੈਂ ਬਹੁਤ ਸੌਖੀ ਹਾਂ ਹੁਣ, ਮੈਂ ਰੋਟੀ ਵੀ ਪਹਿਲਾਂ ਨਹੀਂ ਖਾ ਸਕਦੀ ਸੀ, ਬਹਿ ਕੇ 2 ਮਿੰਟ ਵੀ ਨਹੀਂ ਮੇਰੇ ਕੋਲ ਬੈਠਾ ਜਾਂਦਾ ਸੀ ਮੰਜੇ 'ਤੇ, ਉਹ ਵੀ ਰੋਟੀ ਵੀ ਮੈਂ ਖਲੋ ਕੇ ਖਾਣੀ, ਲੱਕ 'ਤੇ ਵਜਨ ਹੀ ਨਹੀਂ ਪੈਣਾ। ਅਤੇ ਹੁਣ ਮੈਂ ਠੀਕ ਹਾਂ, ਵਧੀਆ। ਅਤੇ ਤੁਸੀਂ ਆ ਕੇ ਸਾਰੇ ਭੈਣਾਂ ਭਰਾ ਡਾਕਟਰ ਨੂੰ ਮਿਲੋ, ਕੋਈ ਇੱਥੇ ਡਰਨ ਦੀ ਲੋੜ ਨਹੀਂ। ਕਈ ਲੋਕ ਕਹਿੰਦੇ ਨੇ ਕਰੋਨਾ ਹੈ, ਉਹ ਹੋਏ, ਆਹ ਹੋ ਜਾਂਦਾ ਹੈ, ਇੱਥੇ ਕੁਛ ਵੀ ਨਹੀਂ। ਇੱਥੇ ਵਧੀਆ ਇਲਾਜ ਕਰਦੇ ਨੇ, ਦੇਖਭਾਲ ਵਧੀਆ ਕਰਦੇ ਨੇ, ਅਤੇ ਇੱਥੇ ਜ਼ਰੂਰ ਡਾਕਟਰ ਨੂੰ ਮਿਲੋ ਸਾਰੇ ਭੈਣਾਂ ਭਰਾ। ਅਤੇ ਮੈਂ ਬਹੁਤ ਸੌਖੀ ਹਾਂ, ਵਧੀਆ ਹੁਣ ਕੰਮ ਕਾਰ ਸਾਰਾ ਕਰ ਲੈਂਦੀ ਹਾਂ। ਜਿਹੜਾ ਨਹੀਂ ਵੀ ਕੰਮ ਹੁੰਦਾ ਸੀ ਮੇਰੇ ਕੋਲ, ਅਸੀਂ ਉਹ ਵੀ ਹੁਣ ਮੈਂ ਕੰਮ ਕਰ ਲੈਂਦੀ ਹਾਂ, ਅਤੇ ਹੁਣ ਮੇਰੀ ਨਵੀਂ ਜ਼ਿੰਦਗੀ ਬਣ ਗਈ ਹੈ। ਪਹਿਲਾਂ ਬਹੁਤ ਤੰਗ ਸੀ, ਬਹੁਤ ਦੁਖੀ ਸੀ, ਮੈਂ ਬਹੁਤ ਲੱਤਾਂ ਦਰਦ ਕਰਦੀਆਂ ਸੀ, ਸਾਹ ਚੜ੍ਹਦਾ ਸੀ, ਸਾਰੀਆਂ ਬਿਮਾਰੀਆਂ ਦਾ ਛੁਟਕਾਰਾ ਹੋ ਗਿਆ ਮੇਰਾ, ਅਤੇ ਮੇਰੀ ਨਵੀਂ ਜ਼ਿੰਦਗੀ ਆਈ ਹੈ, ਅਤੇ ਬਹੁਤ ਵਧੀਆ ਮੈਂ ਹੁਣ। ਅਤੇ ਇਹੋ ਬੇਨਤੀ ਕਰਨੀ ਸਾਰੇ ਭੈਣਾਂ ਭਰਾਵਾਂ ਨੂੰ, ਤੁਸੀਂ ਵੀ ਜਿੰਨੇ ਮੋਟਾਪੇ, ਜਿੰਨਾ ਜਿਨ੍ਹਾਂ ਨੂੰ ਮੋਟਾਪਾ ਹੈ, ਤੁਸੀਂ ਡਾਕਟਰ ਜ਼ਰੂਰ ਮਿਲੋ, ਡਾਕਟਰ ਸਾਹਿਬ ਨੂੰ, ਅਤੇ ਆਪਦਾ ਇਲਾਜ ਕਰਵਾਓ, ਅਤੇ ਨਵੀਂ ਜ਼ਿੰਦਗੀ ਜਿਓ। ਅਤੇ ਸਤਿ ਸ਼੍ਰੀ ਅਕਾਲ ਸਾਰੇ ਭੈਣਾਂ ਭਰਾਵਾਂ ਨੂੰ।